ਮਾਨਸਾ ਮੈਂ ਤੁਹਾਡਾ ਵਿਧਾਨ ਸਭਾ ਦੇ ਵਿੱਚ ਇੱਕ ਬਿਆਨ ਸੁਣ ਕੇ ਆਟਿਆ ਉਹ ਜਿਹੜਾ ਬਿਆਨ ਆ ਤੁਸੀਂ ਇਹ ਕਿਹਾ ਵੀ ਜਿਹੜੇ ਵੀ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲੈਣਗੇ ਉਸ ਪਿੰਡ ਨੂੰ ਅਸੀਂ 5 ਲੱਖ ਰੁਪਇਆ ਇਨਾਮ ਤੇ ਉੱਥੇ ਸਟੇਡੀਅਮ ਦੇਵਾਂਗੇ ਜੇ ਹਸਪੀਟਲ ਆ ਹਸਪੀਟਲ ਦੇਵਾਂਗੇ ਹੁਣ ਮੈਂ ਤੁਹਾਨੂੰ ਇਹ ਬੇਨਤੀ ਇਹ ਕਰਦਾ ਵੀ ਸਭ ਤੋਂ ਪਹਿਲਾਂ ਸਰਬਸੰਮਤੀ ਦੀ ਗੱਲ ਤਾਂ ਦੂਰ ਦੀ ਰਹਿ ਗਈ ਆ ਜਿਹੜੇ ਤੁਹਾਡੇ ਆਮ ਆਦਮੀ ਪਾਰਟੀ ਦੇ ਪੰਜ-ਪੰਜ ਪਿੰਡਾਂ ਦੇ ਵਿੱਚ ਵਰਕਰ ਬੈਠੇ ਆ ਸਰਪੰਚੀ ਪਿੱਛੇ ਤਾਂ ਉਹ ਲੜੀ ਜਾਂਦੇ ਆ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਵਰਕਰ ਜਿਹੜੇ ਲੱਗ-ਲੱਗ ਬੱਸਾਂ ਭਰ ਕੇ ਲੈ ਕੇ ਜਾਂਦੇ ਆ ਤੁਹਾਡੀਆਂ ਰੈਲੀਆਂ ਦੇ ਵਿੱਚ ਉਹ ਲੜੀ ਜਾਂਦੇ ਆ ਕਿ ਸਰਪੰਚੀ ਮੈਨੂੰ ਚਾਹੀਦੀ ਆ ਸਰਪੰਚੀ ਮੈਨੂੰ ਚਾਹੀਦੀ ਆ ਫੇਰ ਤੁਹਾਡੇ ਐਮਐਲਏ ਨੂੰ ਕਹਿੰਦੇ ਆਓ ਕਿ ਸਰਪੰਚੀ ਸਾਨੂੰ ਚਾਹੀਦੀ ਆ ਐਮਐਲਏ ਸਾਹਿਬ ਅਸੀਂ ਇੰਨਾ ਫੰਡ ਦਿੱਤਾ ਅਸੀਂ ਇੰਨੀਆਂ ਵੋਟਾਂ ਕੱਢ ਕੇ ਦਿੱਤੀਆਂ ਅਸੀਂ ਆਹ ਕੰਮ ਕੀਤੇ ਆ ਅਸੀਂ ਉਹ ਕੰਮ ਕੀਤੇ ਆ ਤੇ ਮਾਨ ਸਾਹਿਬ ਤੁਸੀਂ ਕਿਹੜੇ ਪਿੰਡਾਂ 'ਚ ਸਰਬਸੰਮਤੀ ਕਰਾਉਣ ਦੀ ਗੱਲ ਕਰਦੇ ਆ ਪਹਿਲਾਂ ਤੁਸੀਂ ਆਪ ਦੇ ਜਿਹੜੇ ਤੁਹਾਡੇ ਵਰਕਰ ਆ ਤੁਸੀਂ ਉਹਨਾਂ ਉਹਨਾਂ ਦੇ ਵਿੱਚ ਤਾਂ ਸਰਬਸੰਮਤੀ ਕਰਾ ਦਿਓ ਉਸ ਤੋਂ ਬਾਅਦ ਸਰਪੰਚਾਂ ਦੀ ਤਾਂ ਬਾਅਦ 'ਚ ਵੇਖੀ ਜਾਊਗੀ ਫੇਰ ਤੁਸੀਂ ਇਹ ਗੱਲ ਕਹੀ ਕਿ ਸਾਡੀ ਡੈਮੋਕਰੇਸੀ ਇੱਥੋਂ ਸ਼ੁਰੂ ਹੁੰਦੀ ਆ ਕਿ ਭਾਈ ਫਲਾਨਿਆਂ ਨੇ ਤਾਂ दारू ਚਲਾਤੀ ਆ ਹੁਣ ਤੁਸੀਂ ਵੀ ਚਲਾ ਦੋ ਤੇ ਦੂਜੇ ਦਿਨੋਂ ਕੁਆਲਿਟੀ ਦਾ ਫਰਕ ਪੈ ਜਾਂਦਾ ਕਿ ਯਾਰ ਦੇਸੀ ਨਾਲ ਨਹੀਂ ਕੰਮ ਚੱਲਣਾ ਹੁਣ ਤਾਂ ਦੂਜੀ ਚੱਲੂਗੀ ਦੱਸੋ ਜੀ ਇਹ ਮਤਲਬ ਹੁਣ ਆਪਣਾ ਇਹ ਕਿੱਥੋਂ ਵੱਲੋਂ ਆਪਾਂ ਵੇਖਣਾ ਪਿੰਡਾਂ ਦਾ ਕਿੱਥੋਂ ਇੱਕ ਹੋ ਸਕਦਾ ਅਸੀਂ ਇਹ ਕੰਮ ਨਹੀਂ ਚਾਹੁੰਦੇ ਮਾਨ ਸਾਹਿਬ ਇਹ ਤੁਹਾਡੇ ਕਾਕੇ ਕਹਿਣੇ ਗੱਲ ਜੇ ਗੱਲ ਸ਼ਰਾਬ ਦੀ ਕਰਦੇ ਹੋ ਜੇ ਗੱਲ ਪੈਸਿਆਂ ਦੀ ਕਰਦੇ ਹੋ ਤਾਂ ਜਿਹੜੀ ਜਿਮਨੀ ਚੋਨ ਜਲੰਧਰ ਦੇ ਵਿੱਚ ਹੁਣ ਹੋ ਕੇ ਹਟੀ ਐ ਐਮਐਲਏ ਦੀ ਸੀਟ ਦੀ ਤਾਂ ਤੁਹਾਨੂੰ ਯਾਦ ਕਰਾ ਦਿਆਂ ਮਾ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਸਾਬਕਾ ਮੁੱਖ ਮੰਤਰੀ ਉਹਨਾਂ ਨੇ ਵੀ ਵੀਡੀਓ ਪਾਈ ਸੀ ਕਿ ਸੂਟ ਵੰਦਿਆਂ ਦੀ ਤੁਹਾਡੀ ਪਾਰਟੀ ਦਾ ਸੂਟ ਵੰਦਦੀ ਆ ਔਰ ਜਿਹੜੀ ਪਾਰਟੀ ਲੇਡੀ ਔਰਤਾਂ ਨੂੰ ਸੂਟ ਵੰਡ ਰਹੀ ਹੋਵੇ ਜਿਹੜੀ ਔਰਤਾਂ ਦਾ ਧਿਆਨ ਰੱਖ ਰਹੀ ਹੋਵੇ ਕਿ ਉਹਨਾਂ ਨੂੰ ਸੂਟ ਦੇਣੇ ਆ ਵੋਟਾਂ ਵਧਲੇ ਉਹ ਸ਼ਰਾਬ ਕਿਉਂ ਨਾ ਦੇਣਗੇ ਉਹ ਪੈਸੇ ਕਿਉਂ ਨਾ ਦੇਣਗੇ ਆ 2024 ਦੀਆਂ ਐਮਪੀ ਦੀਆਂ ਸੀਟਾਂ ਲੰਘ ਕੇ ਹਟੀਆਂ ਔਰ ਤੁਸੀਂ ਤੁਹਾਡੇ ਵਰਕਰਾਂ ਨੂੰ ਪੁੱਛੋ ਉਹਨਾਂ ਨੇ ਕੀ ਨਹੀਂ ਕੀਤਾ ਉਹਨਾਂ ਨੇ ਕੀ ਨਹੀਂ ਕੀਤਾ ਉਹਨਾਂ ਨੂੰ ਪੁੱਛੋ ਤੁਸੀਂ ਫਿਰ ਪਤਾ ਲੱਗੂਗਾ ਔਰ ਰਹੀ ਗੱਲ ਤੁਸੀਂ ਕਹਿੰਨੇ ਆ ਸਰਬਸੰਤੀ ਦੀ ਸਰਬਸੰਤੀ ਕੀ ਹੋ ਜੂਗੀ ਫਿਰ ਤੁਸੀਂ ਇੱਕ ਕਹਾਵਤ ਸੁਣਾਈ ਆ ਕਹਾਵਤ ਉਹ ਪੰਜਾਬ ਦੇ ਲੋਕੋ ਐ ਸੀ ਆਖੀਏ ਇੱਕ ਹੰਸ ਤੇ ਹੰਸਣੀ ਉਹ ਦੋਨੇ ਗਏ ਘੁੰਮਣ ਫਿਰਨ ਜੰਗਲ ਦੇ ਵਿੱਚ ਉੱਥੇ ਬਹੁਤ ਸਾਰੀ ਉਜਾੜ ਜੀ ਸੀਗੀ ਤੇ ਹੰਸਣੀ ਕਹਿੰਦੀ ਹੰਸ ਜੀ ਆਹ ਉਜਾੜ ਕਾ ਤੋਂ ਆ ਉਹ ਆਂਦਾ ਇੱਥੇ ਉੱਲੂ ਰਹਿੰਦੇ ਹੋਣਗੇ ਕਹਿੰਦਾ ਛਾਂ ਵੇਖਿਆ ਥਲੜੀ ਟਾਣੀ ਤੇ ਉਹਨਾਂ ਦੀ ਨਿਗਾਹ ਪਈ ਤੇ ਉੱਥੇ ਵਾਕਈ ਉੱਲੂ ਬੈਠਾ ਉਸ ਤੋਂ ਬਾਅਦ ਦੂਜੇ ਦਿਨ ਚੜਿਆ ਤੇ ਉਹ ਜਦੋਂ ਉੱਡਣ ਲੱਗੇ ਹੰਸ ਤੇ ਹੰਸਣੀ ਉੱਲੂ ਕਹਿੰਦਾ ਓਏ ਮੇਰੇ ਘਰ ਵਾਲੀ ਮੈਨੂੰ ਦੇਖ ਕੇ ਜਾ ਉਹ ਹੰਸ ਕਹਿੰਦਾ ਯਾਰੇ ਹੰਸ ਨਹੀਂ ਤਾਂ ਮੇਰੇ ਘਰ ਵਾਲੀ ਆ ਉਹ ਕਹਿੰਦਾ ਨਹੀਂ ਨਹੀਂ ਇਹ ਤਾਂ ਘਰ ਵਾਲੀ ਮੇਰੀ ਆ ਕਹਿੰਦਾ ਆਪਾਂ ਪੰਚਾਇਤ ਕਰ ਲੈਨੇ ਆ ਉੱਲੂ ਨੇ ਪੰਚਾਇਤ ਇਕੱਠੀ ਕਰ ਲਈ ਲੂੰਬੜੀ ਮੈਂਬਰ ਸੀ ਫਲਾਣਾ ਸੀ ਕਾਂ ਵੀ ਮੈਂਬਰ ਸੀ ਜਦੋਂ ਆਹ ਗੱਲ ਹੋਈ ਤੇ ਉਸ ਤੋਂ ਬਾਅਦ ਕਾਂ ਨੇ ਇਹ ਗੱਲ ਕਹੀ ਸਰਪੰਚ ਨੂੰ ਉਹ ਉੱਲੂਆਂ ਦੇ ਸਰਪੰਚ ਨੂੰ ਕਿ ਕਹਿੰਦਾ ਜੀ ਗੱਲ ਇਸ ਤਰ੍ਹਾਂ ਦੀ ਆ ਉਹ ਜਿਹੜੀ ਹੰਸਣੀ ਆ ਉਹ ਹੈ ਤਾਂ ਹੰਸ ਦੇ ਘਰ ਵਾਲੀ ਆ ਪਰੇ ਐਡੀ ਸੋਹਣੇ ਜਦੋਂ ਡਿਆ ਕਰੂਗੀ ਆਪਾਂ ਵੇਖਿਆ ਕਰਾਂਗੇ ਜੰਗਲ ਦੇ ਵਿੱਚ ਪਹਿਲਾਂ ਪਾਇਆ ਕਰੂਗੀ ਤੇ ਆਪਾਂ ਦੇਖਿਆ ਕਰਾਂਗੇ ਹੁਣ ਚਲੋ ਪਹਿਲਾਂ ਤਾਂ ਮੋਰ ਪੌਂਦੇ ਹੁੰਦੇ ਆਪਾਂ ਤਾਂ ਫਿਰ ਉੜਦਿਆਂ ਨੂੰ ਵੀ ਪਹਿਲਾਂ ਹੀ ਕਹਿ ਦਿੰਨੇ ਆ ਜਿਹੜੀ ਚੀਜ਼ ਸੋਹਣੀ ਲੱਗੀ ਤੇ ਉਹ ਕਹਿੰਦਾ ਉਹ ਸਰਪੰਚਾਂ ਦਾ ਫੇਰ ਕਹਿੰਦਾ ਜੀ ਬਸ ਐਵੇਂ ਤੁਸੀਂ ਉੱल्लू ਦੀ ਘਰ ਆਈ ਡਿੱਕਟੇ ਮਤਲਬ ਉੱल्लू ਦੇ ਘਰ ਵਾਲੀ ਦੱਸ ਦੋ ਉੱਲੂਆਂ ਦਾ ਸਰਪੰਚਾਂ ਦਾ ਜੀ ਇਹ ਤਾਂ ਘਰ ਵਾਲੀ ਉੱਲੂ ਦੀ ਆ ਜਿਹੜਾ ਹੰਸ ਸੀ ਰੌਣਕਾਂ ਮੂੰਹ ਹੋ ਕੇ ਕਰਕੇ ਤੁਰੜਨ ਲੱਗਿਆ ਉਨ ਲੋਆਂ ਨੂੰ ਆਂ ਦਾ ਰੁਕ ਜਾ ਬਈ ਆਲ ਦੇ ਘਰ ਵਾਲੀ ਲੈ ਜਾ ਉਹ ਕਹਿੰਦਾ ਯਾਰ ਤੈਨੂੰ 2 ਘੰਟੇ ਹੋ ਗਏ ਬਹਿਸ ਬਾਜੀ ਕਰੀ ਜਾਂਦੇ ਨੂੰ ਤੇ ਕਹਿੰਦਾ ਹੁਣ ਘਰ ਵਾਲੀ ਕਿਵੇਂ ਮੇਰੀ ਹੋ ਗਈ ਕਹਿੰਦਾ ਗੱਲ ਆਏ ਆ ਵੀ ਤੁਹਾਨੂੰ ਮੈਂ ਰਾਤ ਗੱਲਾਂ ਕਰਦਿਆਂ ਨੂੰ ਸੋਲਿਆ ਸੀ ਜਿੱਥੇ ਉਜਾੜ ਹੋਵੇ ਨਾ ਉਥੇ ਉੱਲੂ ਹੁੰਦੇ ਆ ਉਹ ਕਹਿੰਦਾ ਉੱਲੂਆਂ ਨਾਲ ਉਜਾੜ ਨਹੀਂ ਹੁੰਦੀ ਜਿੱਥੇ ਇਹੋ ਜੀਆਂ ਪੰਚਾਇਤਾਂ ਹੁੰਦੀਆਂ ਉਥੇ ਉਜਾੜ ਹੁੰਦੀ ਆ ਤੇ ਮਾਨ ਸਾਹਿਬ ਉਜਾੜ ਪੰਜਾਬ ਤੋਂ ਵੀ ਫੁੱਲ ਬਟਾ ਫੁੱਲ ਪਈ ਖੜੀ ਆ ਫਿਰ ਮੰਨ ਗਏ ਕਿ ਪੰਚਾਇਤ ਕਾਦੀ ਆ ਚਿੱਟੇ ਦੇ ਨਾਲ ਇੱਥੇ ਉਜਾੜ ਪਈ ਖੜੀ ਆ ਬੇਰੋਜ਼ਗਾਰੀ ਨਾਲ ਇੱਥੇ ਉਜਾੜ ਪਈ ਖੜੀ ਆ ਦੂਜੀਆਂ ਸਟੇਟਾਂ ਦੇ ਆ ਕੇ ਇੱਥੇ ਨੌਕਰੀਆਂ ਕਰੀ ਜਾਂਦੇ ਆ ਛੇਤੀ ਕਿਤੇ ਸਾਡੇ ਬੰਦੇ ਨੂੰ ਜਾ ਕੇ ਪੰਜਾਬ ਦੇ ਨੂੰ ਦੂਜੀਆਂ ਸਟੇਟਾਂ ਚ ਨੌਕਰੀ ਨਹੀਂ ਮਿਲਦੀ ਹੁਣ ਤੁਸੀਂ ਇੱਕ ਗੱਲ ਦੱਸੋ ਕਿ ਜਿੱਥੇ ਉਜਾੜ ਪੈ ਰਿਹਾ ਆਵੇ ਜਿੱਥੇ ਧੀਆਂ ਪੁੱਤਾਂ ਦਾ ਉਜਾੜ ਪੈ ਰਿਹਾ ਆਵੇ ਜਿੱਥੇ ਪਾਣੀ ਦਾ ਉਜਾੜ ਪੈ ਰਿਹਾ ਆਵੇ ਜਿੱਥੇ ਫਸਲਾਂ ਦਾ ਉਜਾੜ ਪੈ ਰਿਹਾ ਆਵੇ ਜਿੱਥੇ ਮਜ਼ਦੂਰਾਂ ਦੇ ਘਰਾਂ ਦਾ ਉਜਾੜ ਪੈ ਰਿਆ ਆਵੇ ਉੱਥੇ ਫਿਰ ਅਸੀਂ ਪੰਚਾਇਤ ਕਿਹੜੀ ਮੰਨਗੇ ਪੰਜਾਬ ਦੀ ਸਰਕਾਰ ਨੂੰ ਕੀ ਮੰਨਗੇਓ ਤੁਸੀਂ ਸਾਨੂੰ ਦੱਸੋ ਅਸੀਂ ਕੁਛ ਨਹੀਂ ਹੋ ਕਰਦੇ ਰਹੀ ਗੱਲ ਸਰਪੰਚਾਂ ਦੀ ਸਰਬਸੰਤੀ ਦੇ ਨਾਲ ਚੁੰਨ ਦੀ ਮਾਨ ਸਾਹਿਬ ਜਦੋਂ ਐਮਐਲਏ ਦੀਆਂ ਚੋਣਾਂ ਸੀ 2022 ਦੇ ਵਿੱਚ ਉਦੋਂ ਤੁਸੀਂ ਕਿਉਂ ਨਹੀਂ ਕਿਹਾ ਵੀ ਅਸੀਂ ਸਰਬਸੰਤੀ ਦੇ ਨਾਲ ਚੁੰਨ ਦਿੰਨੇ ਆ ਉਦੋਂ ਕਿਉਂ ਚੋਣ ਹੋਈ ਕਿਹੜੀ ਗੱਲੋਂ ਚੋਣ ਹੋਈ ਉਦੋਂ ਜੇ ਆ ਐਮਪੀ ਦੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਕਿਉਂ ਤੁਸੀਂ 13 ਸੀਟਾਂ ਤੇ ਆਪਦੇ ਜਿਹੜੇ ਕਹ ਲੋ ਐਮਪੀ ਥਾਂ ਤੇ ਸੀ ਕਿਉਂ 13 ਸੀਟਾਂ ਤੇ ਖਰਚਾ ਕੀਤਾ ਕਿਉਂ ਤੇਲ ਬਾਲਿਆ ਕਿਹੜੀ ਗੱਲੋਂ ਜਿਹੜਾ ਤੁਸੀਂ ਪ੍ਰਚਾਰ ਕਰਦੇ ਆ ਉਹ ਗੱਡੀਆਂ ਦਾ ਵੀ ਤੇਲ ਬਾਲਦਾ ਮੈਂ ਵੀ ਐਮਪੀ ਦੀ ਚੋਣ ਲੜੀ ਆ ਮੈਂ ਐਮਐਲਏ ਦੀ ਚੋਣ ਵੀ ਲੜੀ ਆ ਮੈਨੂੰ ਚੰਗੀ ਤਰ੍ਹਾਂ ਪਤਾ ਕਿ ਕਿੰਨੇ ਤੇਲਾਂ ਤੇ ਖਰਚੇ ਆ ਜਾਂਦੇ ਆ ਕਿੰਨੇ ਲੋਨ ਚੱਕਣੇ ਪੈਂਦੇ ਆ ਕਿੰਨੇ ਵਿਆਜੂ ਫੜਨੇ ਪੈਂਦੇ ਆ ਚਲੋ ਉਹ ਗੱਲ ਵੱਖਰੀ ਆ ਕਿ ਤੁਹਾਨੂੰ ਵਿਆਜੂ ਨਹੀਂ ਫੜਨੇ ਪੈਂਦੇ ਤੁਹਾਨੂੰ ਤਾਂ ਕਿਤੋਂ ਨਾ ਕਿਤੋਂ ਕੋਈ ਬਾਹਰੋਂ ਫੰਡ ਜਾਂ ਕਿਤੋਂ ਹੋਰੋਂ ਫੰਡ ਦੀ ਦੇ ਜਾਂਦਾ ਕੋਈ ਸਾਡੇ ਅਰਗਿਆਂ ਦੀ ਬਾਹ ਨਹੀਂ ਫੜਦਾ ਤੇ ਮੈਂ ਤੁਹਾਨੂੰ ਇਹ ਕਹੂੰਗਾ ਕਿ ਤੁਸੀਂ ਐਮਪੀ ਦੀਆਂ ਚੋਣਾ ਕਿਉਂ ਨਹੀਂ ਸਰਬਸ਼ੰਤੀ ਦੇ ਨਾਲ ਕਾਲੀਆਂ ਦਾ ਬੰਦਾ ਕਿਉਂ ਨਹੀਂ ਬਣਾਤਾ ਬੀਜੇਪੀ ਦਾ ਕਿਉਂ ਨਹੀਂ ਸਰਬਸੰਮਤੀ ਦੇ ਨਾਲ ਬਣਾਤਾ ਕਾਂਗਰਸ ਦਾ ਸਰਬਸੰਮਤੀ ਦੇ ਨਾਲ ਕਿਉਂ ਨਹੀਂ ਬੰਡਾਇਆ ਕਿਹੜੀ ਗੱਲਾਂ ਤੁਹਾਡਾ ਕਿਸੇ ਨੇ ਐਮਪੀ ਸਰਬਸੰਮਤੀ ਦੇ ਨਾਲ ਕਿਉਂ ਨਹੀਂ ਬਣਾਇਆ ਤੁਸੀਂ ਸਿੱਧਾ ਕਹਿ ਦਿੰਦੇ ਕਿ 13 ਸੀਟਾਂ ਤਿੰਨ ਆਪਾਂ ਆਜ਼ਾਦ ਕਰ ਦਿੰਨੇ ਆ ਜਾਂ ਪੰਜ ਆਜ਼ਾਦ ਕਰ ਦਿੰਨੇ ਆ ਤੇ ਆਪਾਂ ਦੋ-ਦੋ ਐਮਪੀ ਸਰਬਸੰਮਤੀ ਦੇ ਨਾਲ ਚੁਣ ਲਈਏ ਬੀਜੇਪੀ ਦੇ ਦੋ ਦੋ ਕਾਂਗਰਸ ਦੇ ਦੋ ਝਾੜੂ ਵਾਲਿਆਂ ਦੇ ਦੋ ਅਕਾਲੀ ਦਲ ਦੇ ਦੋ ਭੋਜਨ ਸਮਾਜ ਪਾਰਟੀ ਦੇ ਤੇ ਤਿੰਨ ਆਜ਼ਾਦ ਤੁਸੀਂ ਕਿਉਂ ਨਹੀਂ ਕਿਹਾ ਤੁਸੀਂ ਕਿਉਂ ਪੈਸਾ ਬਰਬਾਦ ਕੀਤਾ ਕਿਹੜੀ ਗੱਲੋਂ ਪੈਸਾ ਬਰਬਾਦ ਕੀਤਾ ਆ ਜਿਮਨੀ ਚੋਣ ਆ ਰਹੀ ਆ ਆ ਜਿਹੜੀ ਲੰਗ ਕੀ ਆ ਜਲੰਧਰ ਚੋਂ ਐਮ ਐਲ ਏ ਦੀ ਉੱਥੇ ਤੁਸੀਂ ਆ ਕਹਿ ਲੋ ਖਰਚਾ ਕੀਤਾ ਉੱਥੇ ਸਰਬਸੰਮਤੀ ਦੇ ਨਾਲ ਕੋਈ ਕਾਂਗਰਸ ਅਕਾਲੀ ਦਲ ਦਾ ਕਿਉਂ ਨਹੀਂ ਚੁੰਮਤਾ ਗਿੱਦੜ ਬਾ ਸੀਟ ਆ ਰਹੀ ਆ ਤੁਸੀਂ ਕਾਲੀਆਂ ਦਾ ਬੰਦਾ ਚੱਕ ਕੇ ਆਪਦੇ ਵਿੱਚ ਪਾ ਲਿਆ ਤੁਸੀਂ ਉਹਨੂੰ ਸੀਟ ਲੜਾਉਂਗੇ ਤੁਸੀਂ ਇੱਕ ਗੱਲ ਦੱਸੋ ਤੁਸੀਂ ਸਰਬਸੰਤੀ ਦੇ ਨਾਲ ਜਿਹੜੇ ਤੁਹਾਡੇ ਪਹਿਲਾਂ ਵਾਲੇ ਵਰਕਰ ਸੀ ਉਹਨਾਂ ਨੂੰ ਕਿਉਂ ਨਹੀਂ ਕਹਿਤਾ ਜਾਂ ਤੁਸੀਂ ਇੱਥੇ ਕਾਲੀ ਦਲ ਦਾ ਕਿਉਂ ਨਹੀਂ ਚਾਹੁੰਦੇ ਜਾਂ ਕਾਂਗਰਸ ਦਾ ਜਾਂ ਭਾਜਪਾ ਦਾ ਕਿਉਂ ਨਹੀਂ ਚਾਹੁੰਦੇ ਕਿਹੜੀ ਗੱਲੋਂ ਖਰਚਾ ਕਰਦੇ ਆ ਕਿਉਂ ਨਹੀਂ ਲੋਕਾਂ ਦੇ ਏਕਾ ਵਿਖਾਉਂਦੇ ਪਿੰਡਾਂ ਦੇ ਵਿੱਚੋਂ ਤੁਸੀਂ ਏਕਾ ਖਤਮ ਕਰਕੇ ਤੁਸੀਂ ਨਵੀਆਂ-ਨਵੀਆਂ ਪਾਰਟੀਆਂ ਬਣਾ ਕੇ ਤੁਸੀਂ ਏਕਾ ਖਤਮ ਕਰਕੇ ਅੱਜ ਲੋਕਾਂ ਨੂੰ ਇੱਕ ਕਹੋਂ ਦੀ ਗੱਲ ਕਰੀ ਜਾਂਦੇ ਆ ਇਹ ਮਾਨ ਸਾਹਿਬ ਜਿਹੜੇ ਸਰਪੰਚਾਂ ਦੀ ਚੋਣ ਆ ਨਾ ਉਹ ਮੁੱਖ ਮੰਤਰੀ ਦੀ ਸੀਟ ਨਾਲੋਂ ਵੀ ਜ਼ਿਆਦਾ ਭੈੜੀ ਚੱਲਦੀ ਆ ਔਰ ਰਹੀ ਗੱਲ ਸਰਬਸੰਤੀ ਦੀ ਤੁਸੀਂ ਸਰਪੰਚੀ ਦੀ ਸਰਬਸੰਤੀ ਨਾ ਚਲਾਓ ਤੁਸੀਂ ਜਿਹੜੇ ਤੁਹਾਡੇ 10-10 ਵਰਕਰ ਜਿਹੜੇ ਤੁਹਾਡੇ ਆਮ ਆਦਮੀ ਪਾਰਟੀ ਦੇ 10-10 ਬੰਦੇ ਐ ਸਰਪੰਚ ਬੰਦੇ ਚਾਹਵਾਨ ਹੋਏ ਬੈਠੇ ਆ ਤੁਸੀਂ ਪਹਿਲਾਂ ਉਹਨਾਂ ਨੂੰ ਰੋਕੋ ਤੁਸੀਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਦੱਸੋ ਵੀ ਕਿੰਨੇ ਸਰਪੰਚੀ ਦੀ ਚੋਣ ਲੜਨੀ ਆ ਜੇਕਰ ਐਮਪੀ ਦੀਆਂ ਐਮਪੀ ਤੋਂ ਪਹਿਲਾਂ ਸਰਪੰਚੀ ਦੀ ਚੋਣ ਲੜਾਉਂਦੇ ਤਾਂ ਫਿਰ ਤੁਸੀਂ ਦੇਖਦੇ ਕਿ ਕਿੰਨੇ ਤੁਹਾਡੇ ਵਰਕਰ ਟੁੱਟਦੇ ਆ ਕਿੰਨੇ ਨਹੀਂ ਟੁੱਟਦੇ ਸੀ ਫਿਰ ਹੁਣ ਤੁਸੀਂ ਇੱਕ ਗੱਲ ਸੁਣੋ ਕਿ ਉਦਾਹਰਨ ਤੌਰ ਤੇ ਜਿਹੜੇ ਪਿੰਡ ਵਿੱਚ ਸਰਬਸੰਮਤੀ ਨਾ ਹੋਈ ਕਿ ਉਸ ਪਿੰਡ ਵਿੱਚ ਤੁਸੀਂ ਸਕੂਲ ਨਹੀਂ ਬਣਾਉਣੇ ਕਿ ਉਸ ਪਿੰਡ ਵਿੱਚ ਸਟੇਡੀਅਮ ਨਹੀਂ ਬਣਾਉਣੇ ਕੀ ਗੱਲ ਕਿਹੜੀ ਖੁਸ਼ੀ ਦੇ ਵਿੱਚ ਤੁਹਾਨੂੰ ਕੇਂਦਰ ਸਰਕਾਰ ਨੇ ਤਾਂ ਨਹੀਂ ਕਿਹਾ ਕਿ ਅਸੀਂ ਭਾਈ ਜਿਹੜੀਆਂ ਸਾਡੀ ਕੇਂਦਰ ਚ ਸਰਕਾਰ ਆ ਤੇ ਅਸੀਂ ਆਹ ਕੰਮ ਕਰਾਂਗੇ ਅਸੀਂ ਉਹ ਕੰਮ ਕਰਾਂਗੇ ਇਸ ਕਰਕੇ ਮਹਾਰਾਜ ਜੀ ਕਿ ਜਿਹੜੇ ਲੋਕ ਸਰਬਸੰਮਤੀ ਦੇ ਨਾਲ ਸਰਪੰਚ ਨਹੀਂ ਚੁੰਨਦੇ ਉਹ ਵੀ ਯਾਦ ਰੱਖੋ ਨਾਲੇ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਵੀ ਤਾਂ ਪਤਾ ਕਿਹੜਾ ਚੁਣਿਆ ਜਾਊਗਾ ਜਿਹੜਾ ਤੁਹਾਡੀ ਪਾਰਟੀ ਦਾ ਹੋਇਆ ਜਿਹੜਾ ਪੈਸੇ 'ਚ ਤਗੜਾ ਹੋਇਆ ਉਹਨੂੰ ਸਰਬਸੰਮਤੀ ਦੇ ਨਾਲ ਤੁਨੇ ਚੁਣਿਆ ਜਾਊਗਾ ਕੋਈ ਮੈਨੂੰ ਆ 200 ਰੁਪਏ ਦਿਹਾੜੀ ਜਾਣਤੇ ਆਲਾ ਸਰਬਸੰਤੀ ਨਾਲ ਸਰਪੰਚ ਚੁੰੰਦੇ ਵਿਖਾਓ ਵਿਖਾਓ ਮੈਨੂੰ ਮਜ਼ਦੂਰ ਕਰੋ ਵਿਖਾਓ ਕਿਹੜਾ ਸਰਬਸੰਤੀ ਦੇ ਨਾਲ ਸਰਪੰਚ ਚੁੰੰਦੇ ਆ ਜਿੱਥੇ ਐਸਸੀ ਕਮਿਊਨਿਟੀ ਦੀ ਵੋਟ ਜ਼ਿਆਦਾ ਹੁੰਦੇ ਉੱਥੇ ਛੇਦੀ ਕਿਤੇ ਜਰਨਲ ਸੀਟ ਨਹੀਂ ਆਉਂ ਦਿੰਦੇ ਤੁਸੀਂ ਜਰਬ ਸੀਟ ਨਹੀਂ ਆਉਂ ਦਿੰਦੇ ਕਿਉਂਕਿ ਤੁਹਾਡੇ ਵਰਕਰਾਂ ਨੇ ਲੜਨੀ ਹੁੰਦੀ ਆ ਜਿੱਥੇ ਤੁਹਾਡੇ ਜਿਹੜੇ ਐਸਸੀ ਕਮਿਊਨਿਟੀ ਦੇ ਵਿੱਚ ਤਗੜੇ ਬੰਦੇ ਬੈਠੇ ਆ ਉਹ ਛੇਦੀ ਕਿਤੇ ਜਰਨਲ ਸੀਟ ਨਹੀਂ ਆਉਂ ਦਿੰਦੇ ਕਿਹੜੀਆਂ ਤੁਸੀਂ ਸੀਟਾਂ ਦੀ ਗੱਲ ਕਰਦੇ ਆ ਮਹਾਰਾਜ ਜਿਹੜੀ ਵਿਧਾਨ ਸਭਾ ਦੇ ਵਿੱਚ ਤੁਸੀਂ ਖੜਕੇ ਭਾਸ਼ਣ ਦੇ ਰਹੇ ਹੋ ਲੱਖਾਂ ਇੱਥੇ ਆਇਸ਼ਕੰਦਰ ਤੇ ਸਕੰਦਰਾ ਤੂੰ ਵੀ ਰੋੜ ਜਾਣਾ 2027 ਦੇ ਵਿੱਚ ਕੋਈ ਹੋਰ ਇੱਥੇ ਮੁੱਖ ਮੰਤਰੀ ਹੋਊਗਾ ਸਾਡੇ ਦਾਦੇ ਪੜਦਾਦਿਆਂ ਨੂੰ ਵੀ ਭਾਸ਼ਣ ਸੁਨਾ ਸੁਣਾ ਕੇ ਐਂ ਕੰਮ ਚੱਲਦਾ ਰਿਹਾ ਤੇ ਹੁਣ ਤੁਸੀਂ ਵੀ ਆਪਦਾ ਭਾਸ਼ਣ ਸੁਨਾ ਕੇ ਗਾਂ ਲੰਘ ਜਾਓਗੇ ਤੁਸੀਂ ਸਰਪੰਚੀ ਬਾਰੇ ਨਾ ਸੋਚੋ ਸਰਪੰਚੀ ਬਾਰੇ ਪਿੰਡਾਂ ਦੇ ਲੋਕ ਸੋਚਣਗੇ ਤੁਸੀਂ ਪੰਜਾਬ ਬਾਰੇ ਸੋਚੋ ਪੰਜਾਬ ਦੇ ਲੋਕਾਂ ਬਾਰੇ ਸੋਚੋ ਆ ਉਜਾੜ ਪੈ ਰਿਆ ਉਜਾੜ ਉੱਥੇ ਪੈਂਦਾ ਜਿੱਥੇ ਉਲੰਘਾਂ ਦੀ ਪੰਚਾਇਤ ਹੋਵੇ ਤੇ ਅੱਜ ਪੰਜਾਬ ਦੇ ਵਿੱਚ ਉਜਾੜ ਪੈ ਰਿਆ ਮਹਾਰਾਜ ਜੀ ਤੁਹਾਡੀਆਂ ਗੱਲਾਂ ਤੁਹਾਡੇ ਤੇ ਟੋਕ ਰੀਆਂ ਤੇ ਜੇਕਰ ਮੇਰੀਆਂ ਗੱਲਾਂ ਗਲਤ ਆ ਕਿਉਂਕਿ ਮੈਂ ਗਰੀਬ ਕਰੋ ਸਬੰਧਤ ਆ ਤੇ ਮੈਂ ਬੋਲੇ ਬਿਨਾ ਰਹਿ ਨਹੀਂ ਸਕਦਾ ਜੇ ਮੇਰੀਆਂ ਗੱਲਾਂ ਦਾ ਗੁੱਸਾ ਲੱਗਦਾ ਤੇ ਮੈਂ ਦੋਨੇ ਹੱਥ ਜੋੜ ਕੇ ਮਾਨ ਸਾਹਿਬ ਤੁਹਾਡੇ ਕੋਲੋਂ ਮਾਫੀ ਚਾਹੁੰਨਾ ਜੇਕਰ ਤੁਹਾਡੀ ਸ਼ਾਨ ਦੇ ਖਿਲਾਫ ਮੈਂ ਸ਼ਬਦ ਕਹਿ ਬੈਠਾ ਵਾਂ ਪਰ ਮੈਂ ਸਿਰਫ ਪੰਜਾਬ ਵਾਸਤੇ ਗੱਲ ਕੀਤੀ ਆ ਕੋਈ ਤੁਹਾਡੀ ਛਾਂ ਦੇ ਖਿਲਾਫ ਗੱਲ ਨਹੀਂ ਕੀਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ